जेकर सरकार इन्हां मंगां ते गौर जां विचार नहीं करदी आउण वाले समें च किसे समें भी संघर्ष लिखिया जा सकदा। विधानसभा चोणां दे चोण प्रचार दौरान मौजूदा मुख्यमंत्री भगवंत सिंह मान वल्लों सूबे विच लगदे धरने प्रदर्शनां दा पक्का हल करन दा वादा पंजाब दे लोकां नाल कीता गया सी ते भविख विच किसी भी किस्म दा धरना पंजाब विच ना लगण दी गल आम लोकां नूं आखी गई सी, पर सूबे विच आए दिन किसी ने किसी विभाग वल्लों अपणियां मंगां नूं लै के सरकार खिलाफ मोर्चा खोल दिता जांदा है। हुण पन बस कर्मचारियों वल्लों बस स्टैंड दा गेट बंद करके सरकार खिलाफ धरना प्रदर्शन किया गया। ते अपने धरने बारे धरनाकारियों ने कहा है कि पिछले समय दौरान उन्हां वल्लों अपनियां मंगां नूं लैके धरना दिता गया सी, जिस तों बाद सरकार वल्लों उन्हां दीआं मंगां मनण दा भरोसा भी दिता गया सी, पर अजे तक सरकार वल्लों उन्हां नाल कीता वादा पूरा नहीं कीता गया। इस तों इलावा कुछ दिन पहला पानी दी टैंकी ते चढ़े उन्हां दे साथी दी समस्या दा हल एक हफ्ते विच करन दा भी वादा कीता गया सी, पर उस संबंधी हले तक कोई कार्रवाई नहीं कीती गई, जिस तों बाद उन्हां वल्लों सरकार खिलाफ धरना दिता जा रहा है ते जेकर उन्हां दीआं मंगां वल ध्यान ना दिता गया तां संघर्ष नूं होर तिखा कीता जाएगा। ਅੱਜ ਗੇਟ ਰੈਲੀ ਕੀਤੀ ਜੀ, ਕਾਰਨ ਦੱਸੋ ਕੀ ਕਾਰਨ ਕੀਤੀ? ਅੱਜ ਪੰਜਾਬ ਰੋਡ ਵੇ ਪਨਬਸ ਅਸੀਂ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਸਫਾਈ ਕਮੇਟੀ ਵੱਲੋਂ ਜੋ ਡਿਊਟੀਆਂ ਲਗਾਈਆਂ ਗਈਆਂ ਅਗਲੇ ਸੰਘਰਸ਼ਾਂ ਬਾਰੇ ਜਾਗਰੂਕ ਕਰਨਾ, ਜਿਹੜੀ ਪਹਿਲਾਂ ਹੜਤਾਲ ਪੋਸਟਪੋਨ ਕੀਤੀ ਗਈ ਸੀ ਉਸ ਦੇ ਵਿੱਚ ਵੀ ਜੋ ਵਿਚਾਰ ਵਟਾਂਦਰੇ ਹੋਏ ਆ ਮੰਗਾਂ ਦੇ ਪ੍ਰਵਾਨਗੀ ਦਿੱਤੀ ਗਈ ਇਹਨਾਂ ਨੇ ਉਹ ਲਾਗੂ ਨਹੀਂ ਕੀਤੀਆਂ, ਔਰ ਹੁਣ ਜਿਹੜੀ ਥੋੜ੍ਹੇ ਦਿਨ ਪਹਿਲਾਂ ਇੱਕ ਸਾਡਾ ਕਰਮਚਾਰੀ ਟੈਂਕੀ 'ਤੇ ਚੜਿਆ ਸੀ ਉਹਦੀ ਸੁਣਵਾਈ ਲਈ ਮਾਣਯੋਗ ਹਿਮਾਸ਼ੂ ਜੈਨ ਜੀ ਨੇ CM ਆਫਿਸ ਦੇ ਵਿੱਚੋਂ ਇੱਕ 7 ਦਿਨ ਦਾ ਇਹਨਾਂ ਨੂੰ ਦੱਸਿਆ ਸੀਗਾ ਸਾਡੀ ਜਿਹੜੀ ਕਮੇਟੀ ਆ ਜਾਂ ਮੈਨੇਜਮੈਂਟ ਆ ਉਹਨੂੰ ਕਿ 7 ਦਿਨਾਂ ਦੇ ਅੰਦਰ ਇਹਦਾ ਹੱਲ ਕੀਤਾ ਜਾਵੇ ਪਹਿਲ ਦੇ ਆਧਾਰ 'ਤੇ ਉਹ ਜਾਂ ਬਦਲੀਆਂ ਜਿਹੜੀਆਂ ਉਹਨਾਂ ਨੂੰ ਰੱਦ ਕੀਤਾ ਜਾਵੇ ਉਹਦੇ ਬਾਰੇ ਵੀ ਅਜੇ ਠੋਸ ਜਿਹੜਾ ਜਵਾਬ ਨਹੀਂ ਦਿੱਤਾ ਗਿਆ, ਔਰ ਅਗਲੇ ਸੰਘਰਸ਼ਾਂ ਬਾਰੇ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਕਿਲੋਮੀਟਰ ਸਕੀਮ ਅਧੀਨ ਜਿਹੜੀ ਟਰਾਂਸਪੋਰਟ ਘਰਾਣਿਆਂ ਨੂੰ ਮਹਿਕਮਿਆਂ ਦੀ ਲੁੱਟ ਕਰਾਉਣ ਜਾ ਰਹੇ ਆ ਉਹਦੇ ਨੂੰ ਉਹਨੂੰ ਰੋਕਣ ਵਾਸਤੇ, ਔਰ ਜਿਹੜੀ ਆਊਟਸੋਰਸਿੰਗ 'ਤੇ ਭਰਤੀ ਸ਼ੁਰੂ ਕੀਤੀ ਜਾ ਰਹੀ ਆ ਨਿਗੁੜੀਆਂ ਤਨਖਾਹਾਂ 'ਤੇ ਉਹਨੂੰ ਤੁਰੰਤ ਰੋਕ ਲਾਉਣ ਨੂੰ, ਇਹਨਾਂ ਮੰਗਾਂ ਦੇ ਪ੍ਰਤੀ ਜੋ ਪੋਸਟਪੋਨ ਕੀਤੀ ਸੀ ਹੜਤਾਲ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਔਰ ਜੇਕਰ ਸਰਕਾਰ ਇਹਨਾਂ ਮੰਗਾਂ 'ਤੇ ਗੌਰ ਜਾਂ ਵਿਚਾਰ ਨਹੀਂ ਕਰਦੀ ਆਉਣ ਵਾਲੇ ਸਮੇਂ 'ਚ ਕਿਸੇ ਸਮੇਂ ਵੀ ਸੰਘਰਸ਼ ਲਿਖਿਆ ਜਾ ਸਕਦਾ। ਦੱਸ ਦਈਏ ਕਿ ਪੰਜ ਬੱਸ ਮੁਲਾਜ਼ਮਾਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅਕਸਰ ਹੀ ਇਹਨਾਂ ਧਰਨਿਆਂ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਇਸ ਧਰਨੇ ਦਾ ਕੋਈ ਹੱਲ ਕੀਤਾ ਜਾਵੇਗਾ ਜਾਂ ਫਿਰ ਇਹਨਾਂ ਮੁਲਾਜ਼ਮਾਂ ਵੱਲੋਂ ਆਪਣਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ, ਪੰਜਾਬੀ ਲੋਕ ਚੈਨਲ।